ਅਧਿਆਪਨ ਦੇ ਖੇਤਰ ਵਿੱਚ ਵਿਲੱਖਣ ਕਾਰਜਕਾਰੀ ਰੱਖਣ ਵਾਲੇ ਅਧਿਆਪਕਾਂ ਨੂੰ ਹਰ ਸਾਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਸਾਲ 2018 ਲਈ 8 ਖੇਤਰਾਂ ਵਿੱਚ ਵਧੀਆ ਕਾਰਜਕਾਰੀ ਕਰਨ ਵਾਲੇ 22 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮਾਨਸਾ ਜ਼ਿਲ੍ਹੇ ਦੇ 2 ਲੈਕਚਰਾਰ ਅਧਿਆਪਕ ਡਾਕਟਰ ਬੂਟਾ ਸਿੰਘ ਅਤੇ ਸ਼੍ਰੀਮਤੀ ਯੋਗਤਾ ਜੋਸ਼ੀ ਸ਼ਾਮਲ ਹਨ, ਜਿਨ੍ਹਾਂ ਨੂੰ ਕੇਰਲਾ ਵਿਵ ਹੋਣ ਵਾਲੀ 17ਵੀਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ 17 ਜਨਵਰੀ ਨੂੰ ਸਨਮਾਨਿਤ ਕੀਤਾ ਜਾਵੇਗਾ। ਸਰ, ਜੋ ਮੈਨੂੰ ਸਨਮਾਨ ਮਿਲ ਰਿਹਾ ਇਹ ਇੰਟਰਨੈਸ਼ਨਲ ਕਾਉਂਸਲ ਫੋਰ ਟੀਚਰ ਐਜੂਕੇਸ਼ਨ ਵੱਲੋਂ ਮਿਲ ਰਿਹਾ, ਜਿਨ੍ਹਾਂ ਦੀ ਮੈਂ 2005 ਤੋਂ ਲਾਈਫ ਟਾਈਮ ਮੈਂਬਰ ਹਾਂ। ਉਦੋਂ ਦੇ ਨੈਸ਼ਨਲ ਪ੍ਰੈਜ਼ੀਡੈਂਟ, ਜੋ ਕਿ ਹੁਣ ਇਸ ਦੁਨੀਆ 'ਚ ਨਹੀਂ ਰਹੇ, ਡਾਕਟਰ DR ਵਿੱਚ, ਉਹਨਾਂ ਵੱਲੋਂ ਮੈਨੂੰ ਇਸ ਸੰਸਥਾ ਨਾਲ ਜੋੜਿਆ ਗਿਆ ਸੀ। ਔਰ 2005 ਤੋਂ ਲਗਾਤਾਰ ਮੈਂ ਇਸ ਸੰਸਥਾ ਲਈ ਲਿਖਣ ਦਾ ਕੰਮ ਕਰ ਰਹੀ ਹਾਂ, ਪ੍ਰਕਾਸ਼ਨ ਚੱਲ ਰਿਹਾ ਮੇਰਾ। ਆਲ ਓਵਰ ਇੰਡੀਆ ਤੋਂ ਬੁੱਕਸ ਮੇਰੇ ਕੋਲ ਆਉਂਦੀਆਂ ਨੇ, ਮੈਂ ਉਹਨਾਂ ਦੇ ਬੁੱਕ ਰਿਵਿਊਜ਼ ਲਿਖਦੀ ਹਾਂ ਲਗਾਤਾਰ, ਉਹਨਾਂ ਦਾ ਨਿਊਜ਼ ਲੈਟਰ ਛਪਦਾ ਔਰ ਇੰਟਰਨੈਸ਼ਨਲੀ ਇਹ ਜੋ ਹੈ ਪਬਲਿਸ਼ ਹੁੰਦਾ। ਤਾਂ ਉਹ ਬੁੱਕ ਰਿਵਿਊਜ਼ ਲਿਖਣ ਦੇ ਬਦਲੇ ਔਰ ਸਾਰੀਆਂ CTE ਦੀਆਂ ਨੈਸ਼ਨਲ ਅਤੇ ਇੰਟਰਨੈਸ਼ਨਲ ਕਾਨਫਰੰਸਿਸ 2005 ਤੋਂ ਲਗਾਤਾਰ ਅਟੈਂਡ ਕਰ ਰਹੀ ਹਾਂ ਮੈਂ, ਤਾਂ ਉਸ ਦੇ ਉਪਲਕਸ਼ 'ਚ ਉਹਨਾਂ ਨੇ ਇਸ ਅਵਾਰਡ ਦੇ ਨਾਲ ਮੈਨੂੰ ਨਵਾਜ਼ਿਆ, ਜਿਸ ਦੇ ਵਿੱਚ ਕਿ ਉਹਨਾਂ ਨੇ ਪ੍ਰਾਈਜ ਮਨੀ 10,000 rupees ਪਲੱਸ ਆਉਣ ਜਾਣ ਦੇ ਸਾਰੇ ਖਰਚੇ, ਸਾਈਟੇਸ਼ਨ, ਉਹਨਾਂ ਵੱਲੋਂ ਸਰਟੀਫਿਕੇਸ਼ਨ ਔਰ ਜੋ ਵੀ ਬੁੱਕ ਰਿਵਿਊਜ਼, ਹੁਣ ਉਹਨਾਂ ਨੇ 3 ਬੁੱਕ ਰਿਵਿਊਜ਼ ਰੱਖ ਕਰਵਾਈਆਂ ਨੇ ਮੇਰੇ ਤੋਂ 2 ਮਹੀਨੇ ਪਹਿਲਾਂ, ਉਹਦੀ ਵੀ ਪਬਲਿਸ਼ਿੰਗ ਹੋਏਗੀ ਜੀ ਜਰਨਲਸ ਦੇ ਵਿੱਚ। ਸੋ ਹਰ ਸਾਲ ਇਹ ਅਵਾਰਡਸ ਮਿਲਦੇ ਨੇ, ਪਿਛਲੇ 17 ਸਾਲ ਤੋਂ ਮਿਲ ਰਹੇ ਨੇ, ਇਸ ਵਾਰ ਫਿਰ 17 ਜਨਵਰੀ ਤੋਂ ਲੈ ਕੇ 19 ਜਨਵਰੀ ਤੱਕ ਇਹ ਅਵਾਰਡ ਦਿੱਤੇ ਜਾ ਰਹੇ ਨੇ। ਆਲ ਓਵਰ ਇੰਡੀਆ ਦੇ ਵਿੱਚੋਂ 18 ਲੋਕਾਂ ਨੂੰ ਜਿਹੜਾ ਹੈ ਅਵਾਰਡ ਲਈ ਚੁਣਿਆ ਗਿਆ ਸੀ, ਜਿਸ ਦੇ ਵਿੱਚੋਂ ਬੁੱਕ ਰਿਵਿਊਅਰ ਅਵਾਰਡ ਫਸਟ ਟਾਈਮ ਮੈਨੂੰ ਦਿੱਤਾ ਜਾ ਰਿਹਾ। ਸੋ ਉਹਨਾਂ ਦੀ ਮੇਲ ਵੀ ਇਹੀ ਆਈ ਸੀ 2 ਮਹੀਨੇ ਪਹਿਲੇ ਕਿ ਯੂ ਆਰ ਦਾ ਫਸਟ ਵੂਮੈਨ ਟੂ ਗੈਟ ਦਿਸ ਅਵਾਰਡ, ਜਿਸ ਦੇ ਵਿੱਚ ਕਿ ਬੁੱਕ ਰਿਵਿਊਅਰ ਕੈਟੇਗਰੀ ਹੀ ਨਵੀਂ ਇੰਟਰੋਡਿਊਸ ਕੀਤੀ ਗਈ ਹੈ ਅਤੇ 1991 ਤੋਂ ਚੱਲ ਰਹੀ ਇਸ ਸੰਸਥਾ ਦੇ ਵਿੱਚ ਪਹਿਲੀ ਵਾਰ ਬੁੱਕ ਰਿਵਿਊਅਰ ਦਾ ਅਵਾਰਡ ਮੈਨੂੰ ਦਿੱਤਾ ਜਾ ਰਿਹਾ। ਪੰਜਾਬ ਦੇ ਵਿੱਚੋਂ 4 ਲੋਕ ਨੇ, ਮਾਨਸਾ ਜ਼ਿਲ੍ਹੇ ਦੇ ਵਿੱਚੋਂ ਅਸੀਂ ਦੋਨੋਂ ਹੀ ਹਾਂ। ਜਿਹੜਾ ਉਹ ਹੈਗਾ ਸੀ ਹਰ ਸਾਲ ਜਿਹੜਾ ਹੈਗਾ CET ਸੈਂਟਰ ਕੌਂਸਲ ਫਾਰ ਟੀਚਰ ਐਜੂਕੇਸ਼ਨ ਇੱਕ ਬਣੀ ਹੋਈ ਆ, ਉਹ ਹਰ ਸਾਲ ਸਾਰੇ ਭਾਰਤ ਦੇ ਵਿੱਚੋਂ ਵੱਖ ਵੱਖ ਖੇਤਰਾਂ ਜਿਹੜੇ ਕੰਮ ਕਰਨ ਵਾਲੇ ਅਧਿਆਪਕ ਨੇ ਉਹਨਾਂ ਤੋਂ ਜਿਹੜੀਆਂ ਐਪਲੀਕੇਸ਼ਨਾਂ ਮੰਗਦੇ ਨੇ ਉਹ, ਅਤੇ ਉਸ ਵਿੱਚ 8 ਖੇਤਰਾਂ 'ਚ ਕੰਮ ਕਰਨ ਲਈ 22 ਅਧਿਆਪਕਾਂ ਨੂੰ ਹਰ ਸਾਲ ਜਿਹੜਾ ਹੈਗਾ ਸੀ ਉਹ ਅਵਾਰਡ ਦਿੱਤੇ ਜਾਂਦੇ ਨੇ ਵੱਖਰੇ ਵੱਖਰੇ ਖੇਤਰਾਂ ਦੇ ਨੇ। ਜਿਵੇਂ ਉਦਾਹਰਨ ਤੌਰ 'ਤੇ ਜਿਹੜਾ ਮੈਨੂੰ ਚੁਣਿਆ ਗਿਆ ਉਹ ਅਮਰਜਿੰਗ ਟੀਚਰ ਐਜੂਕੇਟਰ ਅਵਾਰਡ ਲਈ ਚੁਣਿਆ ਗਿਆ, ਉਹਦੇ ਵਾਸਤੇ ਉਹਨਾਂ ਨੇ ਜਿਹੜਾ ਵੱਖ ਵੱਖ ਖੇਤਰਾਂ 'ਚ ਕੀਤਾ, ਖਾਸ ਤੌਰ ਸਿੱਖਿਆ ਦੇ ਖੇਤਰ 'ਚ ਕੀਤਾ, ਕਿਹੜਾ ਰਿਸਰਚ ਵਰਕ ਆ ਉਹਦੇ ਵਾਸਤੇ, ਜਿਹੜੇ ਤੁਹਾਡਾ ਪ੍ਰਕਾਸ਼ਨ ਆ ਉਹਦੇ ਵਾਸਤੇ, ਜਾਂ ਖੋਜ ਪੱਤਰ ਤੁਸੀਂ ਪੜ੍ਹੇ ਨੇ ਉਹ, ਜਾਂ ਅਧਿਆਪਨ ਖੇਤਰ 'ਚ ਤੁਹਾਡਾ ਹੈਗਾ ਸੀ ਜੋ ਤੁਸੀਂ ਵਿਲੱਖਣ ਕੰਮ ਕੀਤਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਸੀ ਉਹ 22 ਅਧਿਆਪਕਾਂ ਨੂੰ ਵੱਖ ਵੱਖ ਖੇਤਰਾਂ, ਜਿਹੜੇ 8 ਖੇਤਰਾਂ ਦੇ ਅਧਿਆਪਕਾਂ ਨੂੰ ਚੋਣ ਕਰਦੇ, ਉਹਨਾਂ ਵਿੱਚੋਂ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ 2 ਅਧਿਆਪਕ ਚੁਣੇ ਗਏ ਨੇ, ਇੱਕ ਮੈਂ ਹਾਂ ਉਹਦੇ ਵਿੱਚੋਂ, ਇੱਕ ਮੈਡਮ ਯੋਗਤਾ ਜੋਸ਼ੀ ਨੇ। ਇਹ ਜਿਹੜਾ ਹੈਗਾ ਸੀਗਾ ਹਰ ਸਾਲ ਜਿਹੜਾ ਹੈਗਾ ਸੀਗਾ ਵੱਖ ਵੱਖ ਦੇਸ਼ਾਂ ਦੇ ਵਿੱਚ ਇਹ ਜਿਹੜਾ ਹੈਗਾ ਸੀ ਕਾਨਫਰੰਸ ਹੁੰਦੀ ਆ। ਇਸ ਵਾਰ ਜਿਹੜੀ ਉਹ ਕਾਨਫਰੰਸ ਅੰਤਰਰਾਸ਼ਟਰੀ ਕਾਨਫਰੰਸ ਆ ਟੀਚਰ ਐਜੂਕੇਸ਼ਨ 'ਤੇ, ਉਹ ਕੇਰਲ ਦੇ ਵਿੱਚ ਤ੍ਰਿਵੇਂਦਰਮ ਹੋ ਰਹੀ ਆ 17 ਜਨਵਰੀ ਨੂੰ, 17 ਤੋਂ ਲੈ ਕੇ 29 ਜਨਵਰੀ ਨੂੰ। ਪਰ ਜਿਹੜੇ ਅਵਾਰਡ ਨੇ ਉਸ 'ਤੇ ਜਿਹੜੇ ਕਾਨਫਰੰਸ ਉਹਦਾ ਜਿਹੜਾ ਪਹਿਲੇ ਦਿਨ ਜਿਹੜਾ ਸੀ 17 ਜਨਵਰੀ ਨੂੰ ਉਹ ਕੇਰਲ ਵਿਖੇ ਜਿਹੜਾ ਤ੍ਰਿਵੇਂਦਰਮ ਵਿਖੇ ਦਿੱਤੇ ਜਾਣਗੇ। ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੇ ਜਿਹੜੇ 2 ਅਧਿਆਪਕ ਹੈ ਉਹਨਾਂ ਨੂੰ ਕੌਮੀ ਅਵਾਰਡ ਲਈ ਚੁਣਿਆ ਗਿਆ ਹੈ। ਮਾਨਸਾ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਐਜੂਕੇਸ਼ਨ ਦੇ ਖੇਤਰ 'ਚ ਬਹੁਤ ਅੱਗੇ ਜਾ ਰਿਹਾ ਹੈ ਅਤੇ ਇਹਦਾ ਸਿਹਰਾ ਇਹਦਾ ਇੱਥੇ ਦੇ ਜਿਹੜੇ ਹੋਣਹਾਰ ਅਤੇ ਹਾਰਡ ਵਰਕਿੰਗ ਟੀਚਰਸ ਹੈ ਉਹਨਾਂ 'ਤੇ ਹੈ, ਅਤੇ ਇਹਦਾ ਇੱਕ ਮਿਸਾਲ ਹੈ ਇਹ ਦੋਨੋਂ ਟੀਚਰਸ ਜਿਨ੍ਹਾਂ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਅਤੇ ਇਹ ਸਾਡੇ ਬਾਕੀ ਟੀਚਰਸ ਲਈ ਵੀ ਇੱਕ ਬਹੁਤ ਪ੍ਰੇਰਣਾ ਦਾ ਸੋਤਰ ਬਣ ਗਿਆ।